ਹੈਲੋ ਮੈਂਬਰਸ, ਇਹ ਵੀ ਇੱਕ ਬੱਚਾ ਆਇਆ ਪਾਹੀਜ, ਇਹ ਅੱਜ ਸਵੇਰੇ ਹੀ ਆਇਆ ਮੋਰਨਿੰਗ 'ਚ ਹੈਬੋਵਾਲ ਤੋਂ। ਇਹਨੇ ਡੋਗੀਆਂ ਨੇ ਮਧੋਲਤਾ ਤੋਂ ਲਾਕੇ ਦਾ ਟੁੱਟ ਗਿਆ ਵਿਚਾਰੀ ਦਾ, ਔਰ ਇਹਨਾਂ ਨੇ ਯੂਨੀਵਰਸਿਟੀ 'ਚੋਂ ਇਲਾਜ ਕਰਾਇਆ, ਮਗਰ ਇਹਨਾਂ ਦੇ ਘਰ ਆਪਣੇ ਦੋ ਡੋਗੀ ਹੈ, ਇਸ ਕਰਕੇ ਇਹ ਸ਼ੈਲਟਰ 'ਚ ਦੇਣ ਆ ਗਿਆ ਕਿ ਸੰਭਾਲਿਆ ਨਹੀਂ ਜਾਂਦਾ। ਔਰ ਇਹ ਬੱਚੇ ਦੀ ਮਾਂ ਸੀ ਜਿਹੜੀ ਦੂਸਰੇ ਘਰ 'ਚ ਬੱਚੇ ਦਿੱਤੇ ਸੀ ਖਾਲੀ 'ਚ, ਉਹ ਇਹਦੇ ਕੋਲ ਵੀ ਨਹੀਂ ਸੀ ਆ ਰਹੀ, ਤੋ ਇਹ ਕਹਿੰਦੇ ਸ਼ਾਇਦ ਮਾਰੀ ਨਾ ਜਾਵੇ, ਇਸ ਕਰਕੇ ਦੇਣ ਆਇਆ। ਇਹ ਤਿੰਨ ਬੱਚੇ ਆਏ ਆ ਪਾਰਗੋ ਵਾਲੇ, ਪਾਰਗੋ ਹੈ ਤਿੰਨਾਂ ਨੂੰ, ਅਤੇ ਤਿੰਨਾਂ ਨੂੰ ਪਾਰਗੋ ਹੈ, ਪਾਰਗੋ ਦੇ ਇਲਾਜ ਵਾਸਤੇ ਦੇ ਕੇ ਚੱਲੇ ਨੇ, ਵਾਪਸ ਆਉਣਗੇ ਲੈਣ ਵਾਸਤੇ। ਦੇਖੋ ਆਉਂਦੇ ਵੀ ਕਿ ਨਹੀਂ ਆਉਂਦੇ, ਵੈਸੇ ਨੰਬਰ ਤਾਂ ਲਿਆ ਪਰ ਇਹ ਬੰਦੇ ਨੰਬਰ ਮਿੰਟ ਤੋਂ ਪਹਿਲਾਂ ਬਲੋਕ ਮਾਰ ਦਿੰਦੇ ਆ, ਕਹਿੰਦੇ ਤਾਂ ਹੈ ਵੀ ਤਿੰਨਾਂ ਲੈ ਜਾਵਾਂਗੇ ਅਸੀਂ ਵਾਪਸ। ਚਲੋ